ਰੋਲਾ ਪਾਉਣ ਦਾ ਬੰਦੇ ਫੜੇ ਜਾਂਦੇ ਆ ਜੀ। ਹੁਣ ਮੈਂ ਇੱਥੇ ਜੀ ਦੇਖਿਆ ਵੀ ਨੀ ਮੈਂ ਇੱਥੇ ਕਿੰਨੇ ਲੈ ਗਈਆਂ ਕਿੰਨੇ ਨਹੀਂ ਸਰ। 3 ਵਜੇ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਨੀਰਜ ਗੁਪਤਾ ਵੱਲੋਂ ਫੋਨ ਆਇਆ ਕਿ ਸਾਡੇ ਵਰਕਰ ਤੋਂ ਕੋਈ ਜਾਲੀ ਸੀਬੀਆਈ ਬਣ ਕੇ 81,000 ਰੁਪਏ ਬੈਗ 'ਚ ਕੱਢ ਕੇ ਲੈ ਗਿਆ। ਜਦੋਂ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਵੀ ਵਰਕਰ 2 ਬੰਡਲ ਜਮ੍ਹਾਂ ਕਰਾਉਣ ਗਿਆ 80,000 ਅਤੇ 81,000 ਦਾ। ਰਸਤੇ 'ਚ ਕਿਸੇ ਨੇ ਰੋਕਿਆ ਉਸਨੂੰ ਵੀ ਅਸੀਂ ਸੀਬੀਆਈ ਚੈੱਕ ਕਰਨਾ। ਉਹਨੇ ਰੂਟੀਨ ਚੈੱਕ ਕਰਾ ਕੇ ਉਹ ਬੈਂਕ ਜਮ੍ਹਾਂ ਚੱਲ ਪੈਸੇ ਜਮ੍ਹਾਂ ਕਰਾਉਣ ਗਿਆ। ਉੱਥੇ ਜਾ ਕੇ ਦੇਖਿਆ 1 ਬੰਡਲ ਹੈ। ਉਸ ਵਕਤ ਵੀ ਉਸਨੂੰ ਪਤਾ ਨਹੀਂ ਲੱਗਿਆ ਕਿ ਸ਼ਾਇਦ ਮੇਰੇ ਨਾਲ ਕੁਛ ਹੋਇਆ। ਜਦੋਂ ਵਾਪਸ ਦੁਕਾਨ 'ਤੇ ਆ ਕੇ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਮੁਤਾਬਕ ਵੀ 1 ਬੰਡਲ ਨਹੀਂ ਸੀਗਾ। ਫਿਰ ਉਸਨੂੰ ਯਾਦ ਆ ਕਿ ਮੈਨੂੰ ਕਿਸੇ ਨੇ ਰੋਕਿਆ। ਉਹ ਵੈਰੀਫਾਈ ਕਰਿਆ ਸਰ, ਫੁਟੇਜ ਦੇਖ ਰਿਹਾ ਵੀ ਉਹ ਕੌਣ ਬੰਦੇ ਸੀ, ਕਿੰਨੇ ਬੰਦੇ ਸੀਗੇ, ਵੀ ਕੀ ਇੰਸੀਡੈਂਟ ਹੋਇਆ ਵੀ ਹੈ ਕਿ ਨਹੀਂ ਹੋਇਆ। ਸਰ ਪ੍ਰੋਪਰ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਸਰ ਕੀਤੀ ਜਾਊਗੀ। ਬੈਂਕ ਦੇ ਅੰਦਰ ਹੋਇਆ ਜਾਂ ਬਾਹਰ ਕੋਈ? ਨਹੀਂ ਬਾਹਰ ਸਰ, ਬੈਂਕ ਤੋਂ ਬਾਹਰ ਦੱਸਣ ਮੁਤਾਬਕ ਜਿਹੜਾ ਵਰਕਰ ਹੈ ਵਰਿੰਦਰ, ਕਿ ਮੈਨੂੰ 1 ਬੰਦੇ ਨੇ ਕਿਹਾ ਵੀ ਸਾਹਿਬ ਖੜੇ ਆ ਤੁਹਾਡੇ ਚੈੱਕ ਕਰਨਾ ਬੈਗ, ਕੋਈ ਨਸ਼ੇ ਵਗੈਰਾ ਦੀ ਗੱਲ ਤਾਂ ਨਹੀਂ ਹੈ। ਕਿੰਨੇ ਬੰਦੇ? ਉਹ ਸਰ 3 ਬੰਦੇ ਦੱਸ ਰਿਹਾ। ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਵਗੈਰਾ? ਨਹੀਂ, ਹਲੇ ਤਾਂ ਕੋਈ ਸਾਹਮਣੇ ਨਹੀਂ ਆਈ ਸੀਸੀਟੀਵੀ। ਉਹ ਸਰ ਚੈੱਕ ਕਰ ਰਹੇ, ਸਕੂਲ ਦੇ ਵਿੱਚ ਕੈਮਰਾ ਲੱਗਿਆ, ਸਕੂਲ ਦੀ ਛੁੱਟੀ ਹੋ ਗਈ ਹੈ। ਉਹ ਸਵੇਰੇ ਅਸੀਂ ਸਕੂਲ ਖੁੱਲ੍ਹਦੇ ਹੀ ਫੁਟੇਜ ਚੈੱਕ ਕਰਕੇ ਜੋ ਵੀ ਸੀਨ ਆਏਗਾ ਕਿ ਉਹ ਕਾਰਵਾਈ ਕਰਾਂਗੇ। ਕਿਆ ਨਾਮ ਤੁਹਾਡਾ? ਵਰਿੰਦਰ ਕੁਮਾਰ ਜੀ। ਕਿੱਥੇ ਕੰਮ ਕਰਦੇ ਹੋ? ਕਿੰਨਾ ਕੈਸ਼ ਲੈ ਕੇ ਗਏ ਸੀ? ਗੁਪਤਾ ਸਟੂਡੀਓ 'ਤੇ ਕੰਮ ਕਰਦਾ ਜੀ। 1.5 ਲੱਖ ਰੁਪਇਆ ਲੈ ਕੇ ਗਿਆ ਸੀਗਾ, 1,60,000 ਰੁਪਇਆ। ਮੈਂ ਰਸਤੇ ਜਾਂਦਾ ਪਿਆ ਸੀ, ਮੈਂ ਬੈਂਕ ਤੱਕ ਪਹੁੰਚਿਆ। ਬੈਂਕ ਦੇ ਕੋਲੋਂ ਇੱਕ ਗੰਜਾ ਜਿਹਾ ਬੰਦਾ ਸੀਗਾ, ਮੋਟਾ ਜਿਹਾ, ਉਹ ਮੈਨੂੰ ਵਾਪਸ ਲੈ ਕੇ ਆਇਆ। ਕਹਿੰਦਾ ਕਿ ਉੱਥੇ ਸਾਹਿਬ ਬੁਲਾ ਰਹੇ ਨੇ, ਸਕੂਲ ਮਰਵੀ ਪਬਲਿਕ ਸਕੂਲ ਹੈ ਉਹਦੇ ਕੋਲ, ਕਹਿੰਦਾ ਸਾਹਿਬ ਬੁਲਾ ਰਿਹਾ ਅਤੇ ਜਾਓ ਚੈੱਕ ਕਰਾ ਕੇ ਉਹ ਕੀ ਹੈ। ਮੈਂ ਕਿਹਾ ਕੀ ਹੈ ਕੀ? ਕਹਿੰਦੇ ਜਿਹੜੇ ਕਾਹਦੇ ਵਾਸਤੇ ਚੈੱਕ ਕਰਨਾ ਵਾ? ਕਹਿੰਦੇ ਇਸ ਕਰਕੇ ਚੈੱਕ ਕਰਨਾ ਜਿਵੇਂ ਦਵਾਈਆਂ ਪਾਕਿਸਤਾਨ ਤੋਂ ਆ ਰਹੀਆਂ, ਇਸ ਕਰਕੇ ਚੈੱਕ ਕਰਨਾ। ਉੰਨੀ ਦੇਰ ਨੂੰ ਉਹ ਮੇਰੇ ਕੋਲ ਉੱਥੇ ਤੱਕ ਲੈ ਕੇ ਆਇਆ। ਮੈਂ ਕਿਹਾ ਕੌਣ ਹੋ ਤੁਸੀਂ? ਕਹਿੰਦਾ CBI ਵਾਲੇ ਹਾਂ ਅਸੀਂ। ਮੈਂ ਇਸ ਕਰਕੇ ਚੈੱਕ ਕਰਾਤਾ, ਉਹਨੇ ਮਾੜਾ ਜਿਹਾ ਕਾਰਡ ਦਿਖਾਇਆ, ਮੈਂ ਕਾਰਡ 'ਤੇ ਨਾਮ ਵੀ ਨਹੀਂ ਪੜਿਆ, ਸਿਰਫ ਦੇਖਿਆ CBI, ਉਹਨੇ ਫਟਾਫਟ ਜੇਬ 'ਚ ਪਾ ਲਿਆ। ਜੇਬ 'ਚ ਪਾ ਕੇ ਪਿੰਕ ਜਿਹੀ ਕਮੀਜ਼ ਪਾਈ ਦੀ ਸੀ, ਉਹਨੇ ਲੰਬਾ ਜਿਹਾ ਬੰਦਾ ਸੀਗਾ, ਅਤੇ ਉਹ ਇੱਕ ਮੋਟਾ ਜਿਹਾ ਸੀ, ਇੱਕ ਜਿਹੜਾ ਤੀਜਾ ਪਰਲੇ ਪਾਸੋਂ ਆਇਆ, ਦੂਜੇ ਸਾਹਮਣੇ ਸੜਕ ਪਾਰ ਕਰਕੇ ਉਹ ਆਇਆ ਤੀਜਾ ਜਿਹਾ। ਉਹਨੇ ਆ ਕੇ ਫਟਾਫਟ ਬੈਗ ਦੇਖਿਆ, ਜਿਹੜਾ ਅਫਸਰ ਸੀ ਉਹਨੇ ਕਤਕ ਉਹ ਦੇਖਦਾ ਪਿਆ ਸੀ, ਕੀ ਨਾਮ ਉਹਦੀ, ਬੁੱਕ ਦੇਖਦਾ ਪਿਆ ਸੀ ਜਿੱਥੇ ਉਮਰ ਭਰੀ ਦੀ ਹੈ। ਅਤੇ ਉਹਨਾਂ ਨੇ ਚੈੱਕ ਕੀਤੇ, ਵਿੱਚ ਹੱਥ ਪਾ ਕੇ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਪੈਸੇ ਕੱਢ ਲਏ। ਮੈਂ ਜਦੋਂ ਬੈਂਕ ਗਿਆ, ਬੈਂਕ ਜਾ ਕੇ ਮੈਨੂੰ ਪਤਾ ਚੱਲਿਆ ਤੁਹਾਡੇ ਪੈਸੇ ਕਾਹ 'ਚ ਸੀਗੇ? ਬੈਗ 'ਚ ਸੀਗੇ। ਕੀ ਕੀ ਸੀਗਾ ਤੁਸੀਂ? ਕਿੰਨੇ ਕਿੰਨੇ ਬੈਗ 'ਚ? ਕੀ ਬੈਗ 'ਚ ਸਰ? ਇੱਥੋਂ ਤਾਂ ਮੈਂ ਦੇਖ ਕੇ ਨਹੀਂ ਲੈ ਕੇ ਗਿਆ ਕਿੰਨੀ ਪੇਮੈਂਟ ਸੀਗੀ ਕਿੰਨੀ ਨਹੀਂ। ਬੈਂਕ ਦੇ ਅੰਦਰ ਜਾ ਕੇ ਮੈਂ ਦੇਖੀ ਕਿ ਇੰਨੀ ਪੇਮੈਂਟ ਸੀ, 4 ਗੱਡੀਆਂ 100-100 ਵਾਲੀਆਂ ਸੀ, 2 200-200 ਵਾਲੀਆਂ ਸੀਗੀਆਂ। ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉੱਥੇ, ਆਂਦਾ ਤੇ ਪਿਆ 3 ਜਣੇ ਖੜੇ ਹੋਏ ਆ ਕੋਲ, ਹੁਣ ਕੱਲ ਕਲੀਅਰ ਕਰਨਗੇ ਕਹਿੰਦੇ।